हुक्म नामा बख्श के संगता नु कृतार्थ करो, हुक्म नामे ते चलण दा बल बख्शो, जो तेरे दारा वे राजे खुशी होके जावे, मनो मंगिया मुरादा फल पावे, अड़े सो चढ़े संत सन परे सो तरे, श्री चंद्र भगवान आप दे नाम दी आप दे पंथ दी चढ़दी होवे कला, तेरे हमने सर्वत दास मन में निवास कर, तोरी शरण का उधार ने करा दिया, हमार तो गिलार दिते मूल श्रेय कर, पंच देव ही उचार पूजा कर नंद कारिया, शक्ति समन अर में दमन कर, रण में रण कयो तो शाह को बड़ा दिया, श्री श्री चंद्र ऐसे गुण गार, गोद देवे अवतार को जगत के उतारन, दिन राव के हरन को ये मुख दे करन, को कटन दुख बंद का, ऐसे गुरु श्री चंद्र को करन, मुनि बंद को कटो जी साढ़े बंद को, न छोड़ो मारे तंद का, सदन जागे जान में प्रताप देवन मरापा, श्री चंद्र जी बोल दे मुख से वचन आचार, पाप बेड़े डोब दे तन जय जयकार, शीशन बावत गिर पड़े बहु पापन गई पोटा, शीशन वाइया लगे न जम गई गो, जगत गुरु श्री चंद महाराज बाबा श्याम दास महाराज बाबा बचन दास महाराज बाबा दुद्धा तारी महाराज समाधि वाले महापुरुषों भगवान जो बोले सो निरपय बोल जगत गुरु संत बाबा बचन दास महाराज की जय।
ਉਹ ਸੰਤ ਬਾਬਾ ਸ਼ਾਮ ਦਾਸ ਮਹਾਰਾਜ ਕੀ ਸ੍ਰੀ ਚੰਦਰ ਅਵਚਲ ਤਖਤ ਸਿਰ ਸ਼ਤਰ ਚੁਲਾਵੇ ਮੇਰਾ ਤੇਰਾ ਛੋੜ ਕੇ ਹਰ ਸਿਉਂ ਲਿਵ ਲਵੇ ਸ੍ਰੀ ਚੰਦਰ ਅਵਚਲ ਤਖਤ ਸਿਰ ਸ਼ਤਰ ਚੁਲਾਵੇ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਹਾਂਜੀ ਪਰਮ ਸਤਿਕਾਰਯੋਗ ਨਗਰ ਨਿਵਾਸੀ ਇਲਾਕਾ ਨਿਵਾਸੀ ਸਾਧ ਸੰਗਤ ਜੋ ਧੰਨ ਧੰਨ ਸਿੱਧ ਪੁਰਸ਼ ਬ੍ਰਹਮਲੀਨ ਜੋਗੀ ਰਾਜ ਬਾਬਾ ਰੁਖੜਦਾਸ ਜੀ ਦੇ ਇਸ ਸਲਾਨਾ ਜੋੜ ਮੇਲੇ ਨੂੰ ਲੈ ਕਰਕੇ ਸਰਬੱਤ ਸੰਗਤਾਂ ਹਾਜ਼ਰ ਹੋਈਆਂ ਹਨ। ਸਰਬੱਤ ਹੀ ਸੰਗਤਾਂ ਦਾ ਮਹਾਂਪੁਰਸ਼ ਬਾਬਾ ਸ਼ਾਮ ਸੁੰਦਰ ਜੀ ਤਥਾ ਸਾਡੀ ਖੀਵਾ ਖੁਰਦ ਵਾਲੀ ਗ੍ਰੰਥੀ ਭਜਨ ਮੰਡਲੀ ਵੱਲੋਂ ਕੋਟਾਨ ਕੋਟ ਧੰਨਵਾਦ ਹੈ। ਸਰਬੱਤ ਸੰਗਤ ਨੂੰ ਜੀਓ ਆਇਆ ਆਖਿਆ ਜਾਂਦਾ ਭਾਈ, ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਇਸ ਸਲਾਨਾ ਜੋੜ ਮੇਲੇ ਦੇ ਵਿੱਚ 3 ਦਿਨਾਂ ਤੋਂ ਅਣਥੱਕ ਸੇਵਾ ਕੀਤੀ ਹੈ, ਭਾਵਨਾ ਪ੍ਰੇਮ ਦੇ ਨਾਲ ਬਹੁਤ ਹੀ ਸੇਵਾ ਕੀਤੀ ਹੈ। ਸਾਰੇ ਨਗਰ ਨੇ ਬੜਾ ਕਰਮਾਂ ਵਾਲਾ ਨਗਰ ਹੈ, ਜਿੱਥੇ ਮਹਾਂਪੁਰਸ਼ ਸਾਧੂਆਂ ਦਾ ਜਨਮ ਹੋਇਆ ਹੈ, ਜਿੱਥੇ ਸਾਧੂਆਂ ਦੀ ਤਪੱਸਿਆ ਹੋਈ ਹੈ, ਸਾਰਾ ਨਗਰ ਧੰਨਤਾ ਦੇ ਯੋਗ ਹੈ। ਸੋ ਭਾਈ, ਸਤਿਗੁਰਾਂ ਦੀ ਪਾਵਨ ਬਾਣੀ ਨੇ ਭੋਗ ਪੈ ਚੁੱਕੇ ਹਨ। ਭੋਗ ਦੇ ਸਮੇਂ ਆਪਣੇ ਕੋਲ ਮਹਾਂਪੁਰਸ਼ ਮਹਾਤਮਾ ਸਾਧੂ ਜਨ ਆਏ ਨੇ, ਉਹਨਾਂ ਰੱਬ ਦੇ ਪਿਆਰਿਆਂ ਦੇ ਚਰਨਾਂ ਦੇ ਵਿੱਚ ਸਾਡੀ ਭਜਨ ਮੰਡਲੀ ਵੱਲੋਂ ਕੋਟਾਨ ਕੋਟ ਵਾਰ ਪ੍ਰਣਾਮ ਜੀ ਆਇਆਂ ਨੂੰ ਮੱਥਾ ਟੇਕਦਿਆਂ ਮਹਾਰਾਜ ਸਰਬੱਤ ਹੀ ਸਾਧੂ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਸਾਡਾ ਨਮਸਕਾਰ, ਅਤੇ ਜੋ ਵੀ ਰਾਗੀ ਢਾਡੀ ਕਵੀਸਰ ਆਏ ਹਨ ਭਾਈ, ਸਭ ਦਾ ਸਾਡੇ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਜੋ ਮਹਾਂਪੁਰਸ਼ਾਂ ਦੇ ਪਾਵਨ ਸਥਾਨ 'ਤੇ ਆਏ ਹੋ, ਕਵੀਸਰੀ ਜਥੇ ਜੋ ਭਾਵਨਾ ਪ੍ਰੇਮ ਦੇ ਨਾਲ ਆਪਾਂ ਨੂੰ ਕਵੀਸਰੀ ਭਜਨ ਸੁਣਾਉਣਗੇ, ਸੋ ਪਹਿਲਾਂ ਮਹਾਂਪੁਰਸ਼ਾਂ ਵੱਲੋਂ ਇਹ ਬੇਨਤੀ ਹੈ ਕਿ ਸਾਧੂ ਮਹਾਤਮਾ ਦੀ ਪੰਗਤ ਲੱਗ ਚੁੱਕੀ ਹੈ ਭਾਈ, ਪਹਿਲਾਂ ਭੋਜਨ ਪ੍ਰਸ਼ਾਦਾ ਜੋ ਵੀ ਲੰਗਰ ਤਿਆਰ ਹੈ ਉਹ ਰੱਬ ਦੇ ਪਿਆਰੇ ਸਾਧੂ ਮਹਾਤਮਾ ਨੂੰ ਛਕਾਇਆ ਜਾਵੇਗਾ, ਉਸ ਤੋਂ ਬਾਅਦ ਸਤਿਗੁਰਾਂ ਦੀ ਪਾਵਨ ਭਾਈ ਦੇਗ ਵਰਤੇਗੀ, ਦੇਗ ਤੋਂ ਬਾਅਦ ਸਾਰੀ ਸੰਗਤ ਨੇ ਭੰਡਾਰਾ ਛਕਣਾ, ਉਹਨਾਂ ਚਿਰ ਭਾਈ ਸਾਰੀ ਸੰਗਤ ਮੈਂ
ਜੰਗਲ ਦੇ ਵਿੱਚ ਜਾ ਕੇ ਬੱਚਾ ਕਤਲ ਕਰਾ ਦੇਣਾ ਕਹਿੰਦਾ ਮਦਨ ਗਿਰੀ ਜੀ ਸ਼ਹਿਰ ਕਿਸ ਤਰ੍ਹਾਂ ਕਸ਼ਟ ਭਰੂੰ ਬੱਚਾ ਕਿਸ ਤਰ੍ਹਾਂ ਕਸ਼ਟ ਭਰੂੰ ਬੱਚਾ ਸਾਲ ਸੋਲ ਮੈਂ ਕੰਤਲਪੁਰ ਦਾ ਰਾਜ ਕਰੂੰ ਬੱਚਾ ਕਹਿੰਦਾ ਜਦੋਂ ਰਿਸ਼ੀਆਂ ਨੇ ਇੰਨਾ ਕਿਹਾ ਗੁੱਸੇ ਦੇ ਵਿੱਚ ਹੋ ਕੇ ਅੱਗ ਬਬੂਲਾ ਰਿਸ਼ੀਆਂ ਨਾਲ ਤਾਂ ਕਰ ਲਿਆ ਝਗੜਾ ਕਹਿੰਦਾ ਰਿਸ਼ੀਆਂ ਦੇ ਬਚਨਾਂ ਨੂੰ ਕਰ ਦੂੰ ਫੇਲ ਇੱਕ ਗੁੱਸੇ ਦੇ ਵਿੱਚ ਇੱਕ ਭਗਤ ਨੂੰ ਕਤਲ ਕਰਨ ਦੇ ਆਦੇਸ਼ ਕਰਤੇ ਕਹਿੰਦੇ ਪਰਮਾਤਮਾ ਦਾ ਭਾਣਾ ਕੋਈ ਠਾਰ ਨਹੀਂ ਸਕਦਾ ਉਹ ਅਖੰਡ ਹੈ ਅਟਲ ਹੈ ਕਹਿੰਦੇ ਪਲਟ ਜਾਏ ਰਿਸ਼ੀ ਬਚਨ ਪਲਟੇ ਨਹੀਂ ਪਲਟ ਜਾਏ ਬ੍ਰਹਿਮੰਡ ਸਰਦਾਰ ਬਲਵਿੰਦਰ ਸਿੰਘ ਜੀ ਵੱਲੋਂ 50 ਰੁਪਏ ਜਥੇ ਦਾ ਮਾਨ ਲਓ ਸ਼ਬਦ ਸੁਣੋ ਗੱਲਾਂ ਦਾ ਸਮਾਂ ਨਹੀਂ ਹੈ ਕਹਿੰਦੇ ਮੇਦਨੀ ਬਸ਼ੱਕ ਹਰ ਜੇ ਲੇਖੇ ਲੇਖ ਨਾ ਕਲਣ ਜਰਵਾਣੇ ਇੱਕ ਵੀਰਾ ਰਾਹੀਂ ਸ਼ਬਦ ਫਲਾਹੇ ਇਉਂ ਸੁਣੋ ਲਈਆਂ ਨੇ ਬੱਚੇ ਦੇ ਹੱਥ ਕੜੀਆਂ ਜੰਗਲਾਂ ਦੀ ਬਲ ਜਾਮਦੇ ਦੇਖਾ ਤਿੱਖੀਆਂ ਤਿੱਖੀਆਂ ਹੱਥਾਂ ਦੇ ਵਿੱਚ ਫੜੀਆਂ ਜਰਾ ਦੀ ਤਰਸ ਖਾਮਦੇ ਤੇ ਕਿੱਖੀਆਂ ਲੈ ਕੇ ਫੜ ਕੇ ਜਲਾ ਡੁੱਬ ਜਾਣੇ ਕਾਤੋ ਨਾ ਕੁਛ ਚੱਲਦੇ ਲਿਖੇ ਲਿਖਣਾ ਲਿਖਣਾ ਟਲਣ ਜਰਵਾਣੇ ਮੇਦਨੀ ਬਸ਼ੱਕ ਹੱਲਦੇ ਲਿਖੇ ਲਿਖਣਾ ਚੱਲ ਜਾ ਕੇ ਤੇਗਾ ਕੱਢੀਆਂ ਕਰਾਂਗੇ ਕਤਲ ਬੱਚਿਆ ਇੰਨੀ ਸੁਣ ਕੇ ਸੁਣ ਕੇ ਬੱਚੇ ਨੇ ਲੇੜਾਂ ਛੱਡੀਆਂ ਆਦਾ ਤੇਰੀ ਲੋੜ ਸੱਚਿਆ ਇੰਨੀ ਸੁਣ ਕੇ ਮਾਪੇ ਲਾਉਂਦੇ ਨੇ ਛਾਤੀ ਦੇ ਨਾਲ ਨਿਆਣੇ ਮਾਪੇ ਲਾਉਂਦੇ ਨੇ ਛਾਤੀ ਦੇ ਨਾਲ ਨਿਆਣੇ ਕਿਤੇ ਜੋਦਾ ਹੋ ਜੇ ਪੱਲ ਜੇ ਲੇਖੇ ਲੇਖਣਾ ਲੇਖਣਾ ਟਲਣ ਜਰਵਾਣੇ ਮੇਦਨੀ ਬਸ਼ੱਕ ਹੱਲ ਜੇ ਲੇਖੇ ਲੇਖਣਾ ਆਜਾ ਮੇਰੇ ਕ੍ਰਿਸ਼ਨ ਮਰਾਰੀ ਤੇਰੇ ਬਿਨਾਂ ਚੋਗ ਮੁੱਕ ਗਈ ਹੱਥੀ ਲਾਈ ਸੀ ਕਿਆਰੀ ਬਾਰਿਸ਼ ਬਗੈਰ ਸੁੱਕ ਗਈ ਹੱਥੀ ਲਾਈ ਸੀ ਤੇਰੇ ਬਿਨਾਂ ਨਾ ਸੁਣ ਜਣੇ ਤਾਣੇ ਕਿਤੇ ਗਏ ਮੇਰੇ ਬੰਨ ਦੇ ਲਿਖੇ ਲੇਖਣਾ ਲੇਖਣਾ ਟਲਣ ਜਰਮਾਣੇ ਮੇਦਨੀ ਬਸ਼ੱਕ ਹੱਲ ਜੇ ਲਿਖੇ ਲੇਖਣਾ ਹੋਰ ਰਿਹਾ ਨੀ ਸਹਾਰਾ ਕੋਈ ਮੇਰਾ ਹੋਰ ਰਿਹਾ ਨੀ ਰਿਹਾ ਨੀ ਸਹਾਰਾ ਕੋਈ ਮੇਰਾ ਕਰ ਫਰਿਆਦ ਕਿਸ ਨੂੰ ਮਾਪੇ ਮਰ ਗਏ ਮਰ ਗਏ ਆਸਰਾ ਤੇਰਾ ਹੋਰ ਕਰਾਂ ਯਾਦ ਕਿਸ ਨੂੰ ਮਾਪੇ ਮਰ ਗਏ ਮੇਰੇ ਬਾਹਰ ਗਏ ਅਨਾਥ ਨਿਮਾਣੇ ਕਿਵੇਂ ਮੌਤ ਮੂੰਹ ਬੰਨ ਦੇ ਲਿਖੇ ਲਿਖਣਾ ਲੇਖਣਾ ਕਰਨ ਜਰਮਾਣੇ ਮੇਦਨੀ ਬਸ਼ੱਕ ਹੱਲ ਜੇ ਲਿਖੇ ਲੇਖਣਾ ਕਰ ਦੇਣਗੇ ਜਲਾਦ ਹੁਣ ਟੋਟੇ ਜਿਹੜਾ ਤੈਂ ਸੁਨੇਹਾ ਕੱਲਿਆ ਇੰਨੇ ਲਿਖਤੇ ਦਸ ਰੁਪਏ ਝੰਡਾ ਸਿੰਘ ਵੀਹ ਰੁਪਈਏ ਗੁਪਤਦਾਨ ਦਸ ਰੁਪਏ ਭੋਲਾ ਕਣਕ ਵਾਲੀਆ ਦਸ ਰੁਪਏ ਮਹਿੰਦਰ ਸਿੰਘ ਸਾਰੇ ਇਲਾਮੀ ਸੱਜਣਾਂ ਦਾ ਨਾਮ ਗੁਰੂ ਪਰਮਾਤਮਾ ਜਾਣੀ ਜਾਣੇ ਦਸ ਨੂੰ ਸ਼ਮਾ ਬਖਸ਼ਦੇ ਹੋਏ ਆਉਣ ਵਾਲੇ ਜਥੇ ਦਾ ਸਤਿਕਾਰ ਕਰੋ ਸਾਰੇ ਸੰਗਤ ਵੱਲੋਂ ਨਮੋ ਨਾਰਾਇਣ ਨਮੋ ਨਾਰਾਇਣ ਨਮੋ ਨਾਰਾਇਣ ਬੇਨਤੀ ਕਰਾਂ